बिस्मिल्लाहिर्रहमानिर्रहीम अस्सलामुअलैकुम जी, की हाल चाल, कितना जी, सब ठीक हो? आज जी बनावांगी हांडी रोटी। बिस्मिल्लाह, आज प्याज कटे हुए हैं, बारीक कटे हुए प्याज, जी गरम होने के प्याज पा देंगे। आज जी बनाएंगे जी मसाल, मसाल जी भी हुए हैं इसलिए कि तकरीबन हम दोपहर का टाइम है, गवा सुबह भी हुए हैं इसलिए हम जी गरम हो गया, बीच प्याज डाल देंगे। लाइट से ब्राउन करेंगे और ये जी मसाला कुट लवेंगे। मसाले में जी है गवा, अदरक, लहसुन, सब्जी मिर्चा, जो टमाटर है या टमाटर फिर बाद से पका कर लेंगे। मसाला जी कुट हो गया, मसाला बिच पा देंगे। बहुत देर बाद कुकिंग कर रही हूँ, बहुत टाइम बाद। नमक डाल देंगे, लाल मिर्च, मसाला नया गया होगा अपना भी अपने पाने में, मसाला अपने तैयार हो गया। कौन हो गया इस पानी पा देंगे,
ਜਿੰਨਾ ਸਾਲਣ ਬਣੇਗਾ ਉਨੀ ਦੇਰ ਆਪਾਂ ਆਟਾ ਗੁੰਨ ਲਵਾਂਗੇ, ਬਾਅਦ 'ਚ ਫਿਰ ਜਦੋਂ ਸਾਲਣ ਤਿਆਰ ਹੋ ਜਾਊਗਾ ਫਿਰ ਆਪਾਂ ਰੋਟੀਆਂ ਬਣਾ ਲਾਂਗੇ। ਮੈਂ ਦੇਖੀ ਜਾ ਰਹੀ ਆਟਾ ਹੁਣ ਗੁੰਨਣਾ ਕਿੱਦਾਂ ਹੈ, ਭਾਂਡਾ ਛੁੱਟਦਾ ਹੈ। ਚੱਲ ਕੋਈ ਨਾ, ਬਿਸਮਿਲਲਾ ਕਰਦੇ ਹਾਂ। ਆਹ ਦੇਖੋ ਜੀ, ਅਸੀਂ ਜੀ ਆਟਾ ਗੁੰਨਦੇ ਹਾਂ। ਆਟਾ ਗੁੰਨ ਹੋ ਗਿਆ ਵਾ ਅਤੇ ਸਾਲਣ ਥੋੜ੍ਹਾ ਟਾਈਮ ਲੱਗੇਗਾ, ਅਤੇ ਉਹਦਾ ਆਟਾ ਠੀਕ ਹੋ ਜਾਏਗਾ ਅਤੇ ਮੰਮਾ ਜਾਨ ਨੂੰ ਕਹਾਂਗੇ ਜੀ ਉਹ ਰੋਟੀਆਂ ਬਣਾ ਦੇਣਗੀਆਂ। ਮੰਮਾ ਜਾਨ ਹੈਗੇ ਜੀ ਐਕਸਪਰਟ ਸਰਕਾਰਾਂ। ਆਪਣਾ ਆਟਾ ਤਿਆਰ, ਉਸ ਤੋਂ ਬਾਅਦ ਹੰਡੀ ਦੇਖ ਲੈਂਦੇ ਹਾਂ। ਇੱਕ ਦਫਾ ਭਾਪਾ ਹੀ ਸੀ ਤਾਂ ਸਾਰਾ ਬਹੁਤ ਜਗ ਗਿਆ ਸੀਗਾ, ਉੱਧਰ ਵੀ ਨਹੀਂ ਸੀ। ਈਦ ਵਾਲੇ ਦਿਨ ਹਾਂਜੀ ਹਾਂਡੀ ਬਣ ਗਈ ਆ ਅਤੇ ਹੁਣ ਜੀ ਦੇਖਦੇ ਹਾਂ ਹਾਂਡੀ ਨੂੰ ਅਤੇ ਉੱਪਰ ਜੀ ਰੱਖ ਦਿੰਦੇ ਹਾਂ ਤਵਾ। ਤਵਾ ਗਰਮ ਹੋ ਜੂਗਾ, ਇੱਕ ਮਿੰਟ ਰਿੱਝਣ ਦੇ ਹੀ ਆ ਨਾ। ਹਾਂਜੀ ਹਾਂਡੀ ਆਪਣੀ ਤਿਆਰ, ਮਾਸ਼ਾਅੱਲਾ ਮਾਸ਼ਾਅੱਲਾ ਜੀ ਮਸਰ ਬਣ ਗਿਆ। ਬਹੁਤ ਮਜ਼ੇ ਦੀ ਖੁਸ਼ਬੂ ਆ ਰਹੀ ਹੈ। ਹੁਣ ਜੀ ਉਸ ਪਾ ਦਾਂਗੇ ਸਬਜ਼ ਮਿਰਚ, ਇੱਧਰ ਆਓ ਭਾਈ। ਹਾਂਜੀ ਜੀ ਹੁਰੈਨ ਪਾ ਦਿਓ, ਮਾਸ਼ਾਅੱਲਾ ਜੀ ਗੁੜੀਆ ਬਣੀ ਫਿਰਦੀ ਆ। ਪੁੱਛ ਲੈਂਦੀ ਆ ਘੁੰਮਣ ਵਾਲਾ ਫਰਾਕ ਪਾਵਾਂ ਕਿਹੜੇ ਕੱਪੜੇ ਪਾਵਾਂ, ਸੁਬਹ ਸੁਬਹ ਸਾਨੂੰ ਸੋਹਣੀ ਬਣ ਕੇ ਦਿਖਾ ਦਿੰਦੀ ਆ, ਹੈ ਨਾ। ਅਤੇ ਹੁਣ ਪਾ ਦਵਾਂਗੇ ਸਬਜ਼ ਧਨੀਆ ਅਤੇ ਜ਼ਿਆਦਾ ਹੀ ਕੱਪ ਜਾਣਾ। ਆਹ ਦੇਖ ਲਓ ਜੀ ਆ ਜੀ ਸੁੱਕਾ ਧਨੀਆ ਅਤੇ ਸੁੱਕਾ ਧਨੀਆ ਅਤੇ ਜ਼ੀਰਾ ਹੈਗਾ ਵਾ, ਪਿੱਛਿਆ ਇਹਨੂੰ ਪਾ ਲਾਂਗੇ। ਹਾਂਡੀ ਤਿਆਰ, ਮੰਮਾ ਜਾਨ ਨੇ ਜੀ ਮੇਰੇ ਲਈ ਸੀਟ ਸਾਂਭ ਲਈ ਹੈਗੀ ਆ। ਹਾਂਜੀ ਰੋਟੀਆਂ ਬਣਾਉਣ ਲੱਗ ਪਏ ਮੰਮਾ ਜਾਨ ਅਤੇ ਮੈਂ ਸਿੱਖ ਜਾਊਂਗੀ। ਪਾਣੀ ਘਰ ਦੀ ਛੱਤ ਦੇ ਉੱਪਰ ਨਾ ਰੋਟੀਆਂ ਸੇਕ ਰਹਿੰਦੇ ਸੀ ਤਵੀ ਦੇ ਉੱਪਰ, ਤਵੀ ਇੱਧਰ ਬਣੀ ਆ ਲੇਕਿਨ ਸਹੀ ਜੀ ਨਹੀਂ ਬਣੀ ਹੈਗੀ, ਉਹ ਤਾਂ ਸੈਟਅਪ ਕਰ ਲਓ। ਉੱਪਰ ਛੱਤ ਹੀ ਕਰ ਲੈਂਦੇ ਹਾਂ ਨਾ, ਉੱਪਰ ਛੱਤ ਆਪਾਂ ਬਣਾਉਣਾ ਨਹੀਂ ਸੀ ਓਪਨ ਕਿਚਨ, ਉੱਪਰ ਕਰ ਲਿਆ ਸਾਡਾ ਬੜਾ ਮਜ਼ਾ ਆਇਆ ਕਰਨਾ। ਧੁੰਦ ਵਿਆਹ ਕਰਨੀ ਆ ਮਸੇ ਮਤਲਬ ਕਿ ਵਧੀਆ ਬਣਿਆ ਕਰਨੀ ਆ, ਉੱਪਰ ਛੋਟਾ ਜਿਹਾ ਦੋ ਚੀਜ਼ਾਂ ਬਣਨੀਆਂ ਬਸ ਆਪਣੇ, ਅਤੇ ਸੋਹਣਾ ਸੈਟਅਪ ਪੈਣਾ। ਇੱਦਾਂ ਜੀ ਮੰਮਾ ਜਾਨ ਜਲਦੀ ਜਲਦੀ ਰੋਟੀਆਂ ਪਾ ਦਿੰਦੇ ਹੁੰਦੇ ਆ, ਤਵੇ ਆ ਤਵਾ ਨਾ, ਤਵੇ ਦੇ ਉੱਪਰ ਤੇਕ ਇੱਕ ਪੈਂਦੀ ਤਵੀ ਹੁੰਦੀ ਆ ਅਤੇ ਮਿੰਟ ਆਉਂਦੇ ਹੀ ਮਤਲਬ ਜਲਦੀ ਜਲਦੀ
ਹਾਂਜੀ ਜੀ, ਨਿੱਕੇ ਨਿੱਕੇ ਬੱਚੇ ਆ ਗਏ, ਇਹਨਾਂ ਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ, ਉਮਰ ਇਹਨਾਂ ਬਹੁਤ ਸਾਰੇ ਨੇ ਨਾ। ਹਾਂਜੀ ਦੇਸੀ ਜੀ ਨਿਕਲਿਆ, ਤੁਸੀਂ ਕਿੰਨੀਆਂ ਰੋਟੀਆਂ ਖਾਣੀਆਂ? ਛੋਟੀ ਜੀ ਚਿੜੀਆ ਸਾਡੀ ਬਿੱਲਾ ਜੀ ਸੋ ਰਿਹਾ ਵਾ। ਮਿਰਚ ਬਹੁਤ ਕਮ ਖਾਂਦੀ ਆ, ਨਮਕੀਨ ਚੀਜ਼ ਖਾਂਦੀ ਆ, ਮਿਰਚ ਨੂੰ ਬਹੁਤ ਕਮ ਪਸੰਦ ਕਰਦੀ ਹੈਗੀ ਆ, ਅਤੇ ਉਹ ਨਾ ਇਸ ਵਜ੍ਹਾ ਤੋਂ ਦਾਲ ਮਿਰਚ ਮਹਿਸੂਸ ਹੀ ਬਹੁਤ ਕਰਦੀ, ਰੋਟੀ ਆਪਾਂ ਮਿਕਸ ਕਰ ਲਵਾਂਗੇ। ਮਿਰਚ ਬਹੁਤ ਜ਼ਿਆਦਾ ਮਹਿਸੂਸ ਕਰਦੀ ਆ, ਪਤਾ ਨਹੀਂ ਕਿਉਂ। ਮਾਲਟੇ ਚਲੇ ਜਾਂਦੇ, ਫਿਰ ਸਟ੍ਰੋਬੇਰੀ ਆ ਜਾਂਦੀ। ਨਹੀਂ ਮਾਲਟੇ ਹੀ ਹੁੰਦੇ, ਸਟ੍ਰੋਬੇਰੀ ਵੀ ਆ ਜਾਂਦੀ। ਹੁਣ ਮਾਲਟੇ ਸਟ੍ਰੋਬੇਰੀ ਹੋਰ ਕੀ ਨਾ, ਬਹੁਤ ਚੀਜ਼ਾਂ ਹੋਣ। ਇੱਥੇ ਫਰਿੱਜ ਨਹੀਂ ਹੈਗੀ, ਅਤੇ ਅਸੀਂ ਜੀ ਵਿੱਚ ਇੱਦਾਂ ਜੀ ਕੂਲਰ ਦੇ ਵਿੱਚ ਜੀ ਬਰਫ਼ ਰੱਖ ਲੈਂਦੇ ਹੁੰਦੇ ਹਾਂ। ਇੱਕ ਕੋਲ ਆਪਾਂ ਦੋ ਕੋਲ ਆਪਾਂ ਵਾਹਵਾ ਠੰਡੀ ਕਰ ਹਾਂਜੀ ਜੀ, ਆ ਜੀ ਮੇਰੀ ਰੋਟੀ ਤਿਆਰ ਹੋ ਗਈ ਆ, ਬਹੁਤ ਜ਼ਿਆਦਾ ਲੱਗੀ ਹੋਈ ਆ। ਮਜ਼ਾ ਆ ਗਿਆ, ਬਹੁਤ ਮਜ਼ਾ ਆ ਗਿਆ। ਜਦੋਂ ਹੋਵੇ ਨਾ ਨਾਲ ਲੱਸੀ, ਲੱਸੀ ਦੇ ਨਾਲ ਤਾਂ ਸਕੂਨ ਆ ਜਾਂਦਾ, ਬੜਾ ਮਜ਼ਾ ਆਉਂਦਾ ਲੱਸੀ ਦੇ ਨਾਲ। ਹਾਂਜੀ ਜੀ, ਲੱਸੀ ਬਣ ਗਈ ਆਪਣੀ, ਅਤੇ ਰੋਟੀ ਵੀ ਤਿਆਰ, ਰੋਟੀ ਬਾਅਦ 'ਚ ਖਾਂਦੇ ਹਾਂ। ਲੱਸੀ ਜੀ ਚੈੱਕ ਕਰ ਲਈਏ ਪਹਿਲਾਂ ਕਿਵੇਂ ਦੀ ਬਣੀ ਆ। ਹਾਂਜੀ ਦੀਦੀ ਜੀ, ਹਾਂਜੀ ਜੀ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਨਾਲ, ਵਲੋਗ ਦੇ ਨਾਲ। ਬਹੁਤ ਸਾਰਾ ਖਿਆਲ ਰੱਖਿਓ, ਦੁਆਵਾਂ ਵਿੱਚ ਯਾਦ ਰੱਖਿਓ। ਹੁਣ ਜੀ ਅਸੀਂ ਸਾਰੀ ਖਾ ਲਈਏ ਖਾਣਾ। ਅੱਲਾਹ ਹਾਫਿਜ਼।